साल 1984 होए दंगियां लई जगदीश टाइटलर ते लगातार गंभीर दोष लगदे आए हन। हुण जागो पार्टी दे प्रधान मनजीत सिंह जीके ने प्रसिद्ध अदाकार अमिताभ बच्चन दे उस बयान दा हवाला दे के जगदीश टाइटलर नूं घेरिया है जो अमिताभ वल्लों साल 2013 CBI नूं दित्ता गया सी। दरअसल मनजीत सिंह जीके वल्लों लगातार अमिताभ दे उस बयान नूं जनतक करन दी मांग कीती जा रही सी जो कि हुण जनतक हो गया दस्या जा रहा है। जीके ने फेसबुक ते बकायदा वीडियो अपलोड करके टाइटलर नूं सवालां दे घेरे विच लिया है। उन्हां अमिताभ बच्चन दे बयानां नूं आधार बना के दोष मढ़िया है कि हुण तक टाइटलर गुमराह करदे रहे हन कि उह तत्कालीन प्रधानमंत्री इंदिरा गांधी दी मौत तों बाद कुछ दिन उन्हां दी मृतक देह कोल सी अते गांधी परिवार नाल दुख सांझा कर रहा सी। जीके मुताबिक अमिताभ बच्चन भी उन्हां दिनां च गांधी परिवार दे नाल सी अते बच्चन दे बयानां टाइटलर दी उत्थे मौजूदगी बारे संकेत कई तरहां दे शंके पैदा करदा है। उन्हां इस सारे मामले दी डूंघाई नाल जांच करन दी मांग कीती। ब्यूरो रिपोर्ट, आवाज़े कौम टीवी। ਮੋਗਾ ਪੁਲਿਸ ਨੂੰ ਅੱਜ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਬਾਗਾ ਪੁਰਾਣਾ ਵਿੱਚ ਪਿਛਲੇ ਦਿਨੀ ਹੋਏ ਬੰਬ ਬਲਾਸਟ ਦੀ ਗੁੱਥੀ ਨੂੰ ਮੋਗਾ ਪੁਲਿਸ ਨੇ ਸੁਲਝਾ ਲਿਆ। ਜਿਸ ਸੰਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ SSP ਮੋਗਾ ਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਉਕਤ ਬੰਬ ਬਦਲਾ ਲੈਣ ਦੀ ਨੀਅਤ ਨਾਲ ਉੱਥੇ ਪਲਾਂਟ ਕੀਤਾ ਗਿਆ ਸੀ। ਘਟਨਾ ਸਾਰੀ ਇਸ ਪ੍ਰਕਾਰ ਸੀ ਕਿ ਜਿਸ ਕੁਲਚਿਆਂ ਵਾਲੇ ਦੀ ਦੁਕਾਨ ਦੇ ਬਾਹਰ ਬਲਾਸਟ ਹੋਇਆ ਉੱਥੇ ਉਸ ਨਾਲ ਉਸਦੇ ਰਿਸ਼ਤੇਦਾਰ ਬਦਲਾ ਲੈਣਾ ਚਾਹੁੰਦੇ ਸਨ ਕਿਉਂਕਿ ਉਸ ਦੁਆਰਾ ਜੋ ਕੁਲਚਿਆਂ ਦਾ ਕੰਮ ਕੀਤਾ ਜਾਂਦਾ ਸੀ ਉਸ ਨਾਲ ਉਸਦੇ ਰਿਸ਼ਤੇਦਾਰਾਂ ਨੂੰ ਘਾਟਾ ਪੈ ਰਿਹਾ ਸੀ ਜਿਸ ਕਰਕੇ ਉਸਦੇ 3 ਰਿਸ਼ਤੇਦਾਰਾਂ ਵੱਲੋਂ ਬਦਲਾ ਲੈਣ ਦੀ ਨੀਅਤ ਨਾਲ ਉੱਥੇ ਪਲਾਂਟ ਕੀਤਾ ਗਿਆ ਸੀ। SSP ਮੋਗਾ ਨੇ ਇਹ ਵੀ ਦੱਸਿਆ ਕਿ ਉਕਤ ਦੋਸ਼ੀਆਂ ਵੱਲੋਂ ਬੰਬ ਬਣਾਉਣ ਦੀ ਸਿਖਲਾਈ ਇੰਟਰਨੈਟ ਤੋਂ ਲਈ ਗਈ ਸੀ ਤੇ ਕੁਲਚਿਆਂ ਵਾਲੇ ਦੀ ਕਿਸਮਤ ਚੰਗੀ ਹੋਣ ਕਰਕੇ ਇਸ ਦਾ ਬਚਾਅ ਹੋ ਗਿਆ ਤੇ ਬਾਅਦ ਵਿੱਚ ਉੱਥੇ ਪਹੁੰਚਿਆ ਕੋਰੀਅਰ ਵਾਲਾ ਇਸ ਦਾ ਸ਼ਿਕਾਰ ਹੋ ਗਿਆ। ਇੱਥੇ ਹੀ ਤੁਹਾਨੂੰ ਦੱਸ ਦਈਏ ਕਿ ਜਿਉਂ ਹੀ ਬੰਬ ਬਲਾਸਟ ਹੋਇਆ ਹੈ ਉਦੋਂ ਤੋਂ ਹੀ ਮੋਗਾ ਪੁਲਿਸ ਪੂਰੀ ਤਨਦੇਹੀ ਨਾਲ ਇਸ ਨੂੰ ਟਰੇਸ ਕਰਨ ਵਿੱਚ ਲੱਗੀ ਹੋਈ ਸੀ ਅਤੇ ਜਿੱਥੇ NSG ਦੀ ਟੀਮ ਵੀ ਇਸ ਦੀ ਜਾਂਚ ਦਾ ਹਿੱਸਾ ਬਣੀ ਸੀ ਜਿਸ ਦੌਰਾਨ ਉੱਥੇ SP ਗਗਨਦੀਪ ਸਿੰਘ, SH ਪਰਮਾਰ, SPD ਜੰਗਜੀਤ ਸਿੰਘ ਰੰਧਾਵਾ, DSP ਜਸਵਿੰਦਰ ਸਿੰਘ, SHO ਕੁਲਵਿੰਦਰ ਸਿੰਘ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ। ਬਿਊਰੋ ਰਿਪੋਰਟ, ਆਵਾਜ਼ੇ ਕੌਮ TV। ਸਾਲ 1984 'ਚ ਹੋਏ ਦੰਗਿਆਂ ਲਈ ਜਗਦੀਸ਼ ਟਾਈਟਲਰ 'ਤੇ ਲਗਾਤਾਰ ਗੰਭੀਰ ਦੋਸ਼ ਲੱਗਦੇ ਆਏ ਹਨ। ਹੁਣ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਪ੍ਰਸਿੱਧ ਅਦਾਕਾਰ ਅਮਿਤਾਭ ਬੱਚਨ ਦੇ ਉਸ ਬਿਆਨ ਦਾ ਹਵਾਲਾ ਦੇ ਕੇ ਜਗਦੀਸ਼ ਟਾਈਟਲਰ ਨੂੰ ਘੇਰਿਆ ਹੈ ਜੋ ਅਮਿਤਾਭ ਵੱਲੋਂ ਸਾਲ 2013 CBI ਨੂੰ ਦਿੱਤਾ ਗਿਆ ਸੀ। ਦਰਅਸਲ ਮਨਜੀਤ ਸਿੰਘ ਜੀਕੇ ਵੱਲੋਂ ਲਗਾਤਾਰ ਅਮਿਤਾਭ ਦੇ ਉਸ ਬਿਆਨ ਨੂੰ ਜਨਤਕ ਕਰਨ ਦੀ ਮੰਗ ਕੀਤੀ ਜਾ ਰਹੀ ਸੀ ਜੋ ਕਿ ਹੁਣ ਜਨਤਕ ਹੋ ਗਿਆ ਦੱਸਿਆ ਜਾ ਰਿਹਾ ਹੈ। ਜੀਕੇ ਨੇ ਫੇਸਬੁੱਕ ਤੇ ਬਕਾਇਦਾ ਵੀਡੀਓ ਅਪਲੋਡ ਕਰਕੇ ਟਾਈਟਲਰ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆ ਹੈ। ਉਹਨਾਂ ਅਮਿਤਾਭ ਬੱਚਨ ਦੇ ਬਿਆਨਾਂ ਨੂੰ ਆਧਾਰ ਬਣਾ ਕੇ ਦੋਸ਼ ਮੜਿਆ ਹੈ ਕਿ ਹੁਣ ਤੱਕ ਟਾਈਟਲਰ ਗੁੰਮਰਾਹ ਕਰਦੇ ਰਹੇ ਹਨ ਕਿ ਉਹ ਤਤਕਾਲੀਨ ਪ੍ਰਧਾਨ ਮੰਤਰੀ ਇੰਦਿਰਾ ਗਾਂਧੀ ਦੀ ਮੌਤ ਤੋਂ ਬਾਅਦ ਕੁਝ ਦਿਨ ਉਹਨਾਂ ਦੀ ਮ੍ਰਿਤਕ ਦੇਹ ਕੋਲ ਸੀ ਅਤੇ ਗਾਂਧੀ ਪਰਿਵਾਰ ਨਾਲ ਦੁੱਖ ਸਾਂਝਾ ਕਰ ਰਿਹਾ ਸੀ। ਜਿਕੇ ਮੁਤਾਬਕ ਅਮਿਤਾਭ ਬੱਚਨ ਵੀ ਉਹਨਾਂ ਦਿਨਾਂ 'ਚ ਗਾਂਧੀ ਪਰਿਵਾਰ ਦੇ ਨਾਲ ਸੀ ਅਤੇ ਬੱਚਨ ਦੇ ਬਿਆਨਾਂ ਟਾਈਟਲਰ ਦੀ ਉੱਥੇ ਮੌਜੂਦਗੀ ਬਾਰੇ ਸੰਕੇਤ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਕਰਦਾ ਹੈ। ਉਹਨਾਂ ਇਸ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਮੰਗ ਕੀਤੀ। ਬਿਊਰੋ ਰਿਪੋਰਟ, ਆਵਾਜ਼ੇ ਕੌਮ TV।